ਮਲੇਰਕੋਟਲਾ ਦੇ ਵਿੱਚ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਨੇ ਈਦਗਾਹ ਦੇ ਵਿੱਚ ਨਮਾਜ਼ ਅਦਾ ਕੀਤੀ। ਇਸ ਦੇ ਨਾਲ ਹੀ ਮਲੇਰਕੋਟਲਾ ਦੇ ਵਿਧਾਇਕ ਜ਼ਮੀਲ ਉਰ ਰਹਿਮਾਨ ਵੀ ਇਸ ਮੌਕੇ ਮੌਜੂਦ ਰਹੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੈਡਮ ਕੀ ਕਹੋਗੇ ਅੱਜ ਦੇ ਮੁਸਲਿਮ ਭਾਈਚਾਰੇ ਲਈ? ਦੇਖੋ, ਅੱਜ ਈਦ ਹੈ, ਈਦ ਦੇ ਤਿਉਹਾਰ 'ਤੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਅਤੇ ਅੱਜ ਈਦ ਇੱਥੇ ਆ ਕੇ ਅਦਾ ਕੀਤੀ ਹੈ ਜੀ, ਬਹੁਤ ਵਧੀਆ ਲੱਗਿਆ। ਅਤੇ ਜਿਹੜੀ ਆਪਸੀ ਭਾਈਚਾਰੇ ਦੀ ਸਾਂਝ ਹੈ ਪੰਜਾਬ ਦੀ, ਪੰਜਾਬ ਜਾਣਿਆ ਜਾਂਦਾ ਦੇ ਲਈ, ਉਹ ਇੱਦਾਂ ਹੀ ਬਰਕਰਾਰ ਰਹੇ ਆ। ਅਤੇ ਜਿਹੜੇ ਨਫ਼ਰਤ ਦੇ ਬੀਜ ਨੇ ਉਹ ਇੱਥੇ ਨਾ ਉੱਗਣ, ਇਹੀ ਚਾਹੁੰਦੇ ਹਾਂ ਜੀ। ਬਿਲਕੁਲ, ਪਹਿਲੀ ਵਾਰ ਆਏ ਹੋ ਤੁਸੀਂ ਅੱਜ ਮਲੇਰਕੋਟਲਾ 'ਚ ਆਏ ਹੋ, ਕਿਸ ਤਰ੍ਹਾਂ ਦਾ ਲੱਗਿਆ ਜੀ? ਬਹੁਤ ਵਧੀਆ ਲੱਗਿਆ। ਇੱਕ ਤਾਂ ਲੋਕਾਂ ਦਾ ਇੰਨਾ ਉਤਸ਼ਾਹ ਦੇਖ ਕੇ ਬਹੁਤ ਮਨ ਪ੍ਰਸੰਨ ਹੋਇਆ ਜੀ, ਅਤੇ ਪਹਿਲਾ ਐਕਸਪੀਰੀਅੰਸ ਸੀਗਾ, ਬਹੁਤ ਵਧੀਆ ਲੱਗਾ। ਕੈਬਨਿਟ ਮੰਤਰੀ ਸਾਹਿਬ ਪਹਿਲੀ ਵਾਰ ਆਏ ਮਲੇਰਕੋਟਲੇ ਦੇ ਵਿੱਚ, ਇਸ ਦੇ ਮੌਕੇ ਤੇ ਕੀ ਕਹੋ? ਖੁਸ਼ੀ ਮਹਿਸੂਸ ਹੋਈ ਇਸ ਮੁਕੱਦਸ ਮੌਕੇ ਦੇ ਉੱਪਰ ਆ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਮੌਕਾ ਮਿਲਿਆ, ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਖੁਸ਼ੀ ਮਹਿਸੂਸ ਹੋਈ, ਪਰਮਾਤਮਾ ਇਸੇ ਤਰੀਕੇ ਨਾਲ ਭਾਈਚਾਰਕ ਸਾਂਝ ਨਾਲ ਆਪਣੇ ਪੰਜਾਬ ਨੂੰ ਘੁੱਗ ਵਸਦਾ ਰੱਖੇ, ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਖੁਸ਼ੀਆਂ ਕੀ ਕਹੋਗੇ ਜਿਹੜੇ ਪਿਆਰ ਪਾਉਂਦੇ ਨੇ ਲੋਕਾਂ ਦੇ ਵਿੱਚ? ਉਹ ਪਰਮਾਤਮਾ ਦੇ ਘਰ ਦੇ ਵਿੱਚ ਉਹਨਾਂ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ ਹੈਗੀਆਂ। ਧਰਮ ਜਿਹੜਾ ਮਰਜ਼ੀ ਹੋਵੇ ਇੱਕੋ ਹੀ ਸੁਨੇਹਾ ਦਿੰਦਾ ਕਿ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਭਾਈਚਾਰਕ ਸਾਂਝ ਦੇ ਨਾਲ ਸਾਰਿਆਂ ਨੂੰ ਰਹਿਣਾ ਚਾਹੀਦਾ, ਅਤੇ ਉਸੇ ਨਾਲ ਹੀ ਆਪਣਾ ਦੇਸ਼ ਆਪਣਾ ਮੁਲਕ ਤਰੱਕੀ ਕਰ ਸਕਦਾ। ਮੈਂ ਅੱਜ ਅਮਨ ਦੀ ਇਸ ਧਰਤੀ, ਆਪਸੀ ਭਾਈਚਾਰੇ ਦੀ ਧਰਤੀ, ਮਲੇਰਕੋਟਲਾ ਦੀ ਇਤਿਹਾਸਿਕ ਧਰਤੀ 'ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸ਼ਰੀਕ ਹੈ, ਤਾਂ ਕੈਬਨਿਟ ਮੰਤਰੀ ਸਰਦਾਰ ਅਮਨ ਅਰੋੜਾ ਸਾਹਿਬ ਦੇ ਈਦ ਦੇ ਦਿਹਾੜੇ 'ਤੇ ਪਹੁੰਚਣ 'ਤੇ ਉਹਨਾਂ ਨੂੰ ਵੈਲਕਮ ਕਰਦਾ, ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਸਲਾਮ ਦੀਨ, ਕੀ ਕਹਿਣਾ ਚਾਹੋਗੇ ਅੱਜ ਈਦ ਦਾ ਤਿਉਹਾਰ? ਈਦ ਦੇ ਪਾਈਏ ਪੂਰੇ ਲੱਖਾਂ ਬੰਦੇ ਨੇ ਈਦ ਦਿਹਾੜਾ ਮਨਾਇਆ ਹੈ। ਈਦ ਦੀਆਂ ਮੁਬਾਰਕਾਂ ਸਾਰਿਆਂ ਨੂੰ ਹੋਣ ਭਾਈ। ਈਦ ਦੀਆਂ ਬਹੁਤ ਵੱਡੀਆਂ ਖੁਸ਼ੀਆਂ ਹੁੰਦੀਆਂ ਨੇ, ਜੋ ਇੱਕ ਮਹੀਨਾ ਸਫ਼ਰ ਰੱਖ ਕੇ ਫਿਰ ਉਰੇ ਮੰਗਣ ਵਾਸਤੇ ਆਉਂਦੇ ਸਭ ਅੱਲਾ ਕੋਲੋਂ। ਅੱਲਾ ਫਿਰ ਉਹਨਾਂ ਨੂੰ ਆਪਣੇ ਖਜ਼ਾਨਿਆਂ 'ਚੋਂ ਦਿੰਦਾ ਭਾਈ, ਉਹਦੇ ਖਜ਼ਾਨਿਆਂ 'ਚੋਂ ਦੇ ਕੇ ਭਾਈ ਉਹ ਇਸੇ ਤਰ੍ਹਾਂ ਆਪਣੇ ਘਰ ਵਾਪਸ ਚਲੇ ਜਾਂਦੇ ਨੇ। ਬਸ ਕੋਈ ਨਹੀਂ, ਕਹਿ ਸਕਦੇ ਈਦ ਦੇ ਮੌਕੇ ਇੱਥੇ ਲੱਖਾਂ ਹੀ ਲੋਕ ਇਕੱਠੇ ਹੁੰਦੇ ਨੇ। ਹਾਂ, ਈਦ ਦੇ ਮੌਕੇ 'ਤੇ ਜੀ ਇੱਥੇ ਲੱਖਾਂ ਹੀ ਲੋਕ ਇਕੱਠੇ ਹੁੰਦੇ ਨੇ। ਬਾਕੀ ਇੰਨੀ ਕੁ ਜਿੰਨੀ ਕੁ ਜਗ੍ਹਾ, ਇਹ ਤਾਂ ਬਹੁਤ ਜਗ੍ਹਾ ਅੰਦਰ ਵੀ ਹੁੰਦੀਆਂ, ਇੱਕ ਸਾਡੇ ਕੋਲ ਜਗ੍ਹਾ ਉਰੇ ਘੱਟ ਹੈ, ਜਿਸ ਕਾਰਨ ਇੰਨੀ ਸੰਭਾਲੀ ਨਹੀਂ ਜਾਂਦੀ ਪਬਲਿਕ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।